ਹਰੇਕ ਘਰ ਦੀ ਇੱਕ ਬਹੁਤ ਵੱਡੀ ਮੁਸ਼ਕਲ ਦਾ ਆਪਾਂ ਬਿਲਕੁਲ ਪੱਕਾ ਹੱਲ ਕਰਾਂਗੇ ਜੀ ਹਰੇਕ ਘਰ ਦੀ ਜ਼ਰੂਰਤ ਵਾਲੀ ਇੱਕ ਆਪਾਂ ਬੜੀ ਵੱਡੀ ਇੱਕ ਚੀਜ਼ ਤਿਆਰ ਕਰਾਂਗੇ ਜੇ ਤੁਹਾਡੇ ਘਰੇ ਟੁੱਟੀ ਫੀਟਿੰਗ ਵਾਲੀਆਂ ਪਾਈਪਾਂ ਪਈਆਂ ਨੇ ਜੀ ਫालतू ਤੇ ਕੁਝ ਲੱਕੜ ਦੇ ਫੱਟੇ ਜੇ ਪਏ ਨੇ ਉਹਨਾਂ ਨਾਲ ਆਪਾਂ ਇੱਕ ਬੜਾ ਜ਼ਬਰਦਸਤ ਜਗਾੜ ਤਿਆਰ ਕਰਾਂਗੇ ਆਪਾਂ ਨੇ ਇਹਦੇ ਜੀ ਟੁਕੜੇ ਕੱਟ ਲਏ ਇੱਕੋ ਸਾਈਜ਼ ਦੇ ਆਪਾਂ ਨੇ ਇਹਦੇ ਟੁਕੜੇ ਕੱਟੇ ਨੇ ਤੇ ਵਿੱਚ ਆਪਾਂ ਨੇ ਟੀ ਪੁਆਇੰਟ ਫਿੱਟ ਕਰਤੇ ਜਦੋਂ ਇਹਦਾ ਪੂਰਾ ਢਾਂਚਾ ਸੈਂਚਾ ਤਿਆਰ ਹੋ ਗਿਆ ਉਦੋਂ ਤੁਸੀਂ ਆਪ ਕਹੋਗੇ ਵੀ ਯਾਰ ਬਾ ਕਮਾਲ ਇਹਦਾ ਵੀ ਨਜ਼ਾਰਾ ਆ ਗਿਆ ਜਮਾ ਜੇ ਤੁਹਾਡੇ ਘਰੇ ਜੀ ਪ੍ਰਾਣੀਆਂ ਕਿੰਨੀਆਂ ਵੀ ਪਾਈਪਾਂ ਪਈਆਂ ਨੇ ਜੇ ਘੱਟ ਪਾਈਪਾਂ ਨੇ ਤਾਂ ਵੀ ਕੰਮ ਚੱਲ ਜੂਗਾ ਜੇ ਵੱਧ ਨੇ ਤਾਂ ਇਹ ਜਿਗਾਰਡ ਹੈ ਜਿਹੜਾ ਵੱਡਾ ਬਣ ਜੂਗਾ ਜੇ ਘੱਟ ਪਾਈਪਾਂ ਨੇ ਤਾਂ ਇਹ ਜਿਗਾਰਡ ਆਪਾਂ ਛੋਟਾ ਤਿਆਰ ਕਰ ਲਾਂਗੇ ਪਰ ਆਪਾਂ ਮੀਡੀਅਮ ਜੇ ਸਾਈਜ਼ ਦਾ ਤਿਆਰ ਕਰਾਂਗੇ ਨਾ ਵਾਲਾ ਵੱਡਾ ਨਾ ਵਾਲਾ ਛੋਟਾ ਇਸ ਤਰੀਕੇ ਨਾਲ ਆਪਾਂ ਨੇ ਟੀ ਪੁਆਇੰਟ ਇਹਦੇ ਵਿੱਚ ਫਿਰ ਫਿੱਟ ਕਰ ਲਏ ਆਫਸ ਦੇ ਵਿੱਚ ਇਹਨਾਂ ਨੂੰ ਜੋੜਤਾ ਜਿਹੜੇ ਛੋਟੇ ਛੋਟੇ ਪੁਆਇੰਟ ਨੇ ਇਹਨਾਂ ਨਾਲ ਆਪਾਂ ਨੇ ਇਹਨੂੰ ਜੋੜਿਆ ਆਫਸ ਦੇ ਵਿੱਚ ਜਿਹੜੇ ਤਰੀਕੇ ਨਾਲ ਆਪਾਂ ਇਹਨੂੰ ਤਿਆਰ ਕਰ ਰਹੇ ਹਾਂ ਉਸੇ ਤਰੀਕੇ ਨਾਲ ਤੁਸੀਂ ਕਰ ਲਿਓ ਆਰੀ ਦੇ ਤੁਸੀਂ ਇਹਨੂੰ ਆਰੀ ਦੇ ਬਲੇਡ ਨਾਲ ਹੀ ਫਿੱਟ ਕਰ ਸਕਦੇ ਹੋ ਤੇ ਇਹਨੂੰ ਕੱਟ ਸਕਦੇ ਹੋ ਆਹ ਲਓ ਜੀ ਇਸ ਤਰੀਕੇ ਦੇ ਚਾਰ ਆਪਣੇ ਕੋਲ ਆ ਢਾਂਚੇ ਸੈਂਚੇ ਜੇ ਤਿਆਰ ਹੋ ਗਏ ਇਸ ਤੋਂ ਬਾਅਦ ਕੁਝ ਆਪਾਂ ਨੇ ਹੋਰ ਕਰਨੇ ਨੇ ਆ ਪੈਪਾਂ ਦਾ ਸਾਈਜ਼ ਹੈ ਜਿਹੜਾ ਉਹ ਆਪਾਂ ਥੋੜਾ ਜਿਹਾ ਇਸ ਤਰੀਕੇ ਨਾਲ ਥੋੜਾ ਜਿਹਾ ਵੱਡਾ ਕੱਟ ਲੈਣੇ ਆ ਜਿਹੜੇ ਤਰੀਕੇ ਨਾਲ ਆਪਾਂ ਤਿਆਰ ਕਰਾਂਗੇ ਵਸ ਉਸੇ ਤਰੀਕੇ ਨਾਲ ਹੀ ਤੁਸੀਂ ਤਿਆਰ ਕਰ ਲਿਓ ਵੀਡੀਓ ਨੂੰ ਪੂਰਾ ਐਂਡ ਤੱਕ ਦੇਖ ਲਿਓ ਤੇ ਵੀਡੀਓ ਸ਼ੇਅਰ ਕਰ ਦਿਓ ਹਰੇਕ ਘਰ ਦੀ ਬਹੁਤ ਵੱਡੀ ਜ਼ਰੂਰਤ ਹੈ ਬਹੁਤ ਵੱਡੀ ਮੁਸ਼ਕਲ ਦਾ ਆਪਾਂ ਪੱਕਾ ਹੱਲ ਕਰਾਂਗੇ ਇਸ ਤੋਂ ਬਾਅਦ ਇਹਨੂੰ ਆਪਸ ਦੇ ਵਿੱਚ ਇਸ ਤਰੀਕੇ ਨਾਲ ਜੋੜ ਲੈਣਾ ਹੈ ਇਸ ਤਰੀਕੇ ਨਾਲ ਇਹਨੂੰ ਆਪਸ ਦੇ ਵਿੱਚ ਜੋੜਨਾ ਹੈ ਜਿਹੜੇ ਆਪਾਂ ਨੇ ਹਾਂ ਪੈਪਾਂ ਪਹਿਲਾਂ ਤਾਂ ਟੀ ਪੁਆਇੰਟਾਂ ਨਾਲ ਜੋੜੀਆਂ ਹੋਈਆਂ ਨੇ ਉਹ ਅਲੱਗ ਨੇ ਆਪਣੀਆਂ ਫਿਰ ਇਸ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਸਿੱਧੀਆਂ-ਸਿੱਧੀਆਂ ਲੰਬੀਆਂ ਪੈਪਾਂ ਦੇ ਟੁਕੜੇ ਪਾ ਕੇ ਇਸ ਤਰੀਕੇ ਨਾਲ ਆਪਾਂ ਇਹਨੂੰ ਤਿਆਰ ਕਰ ਲਾਂਗੇ ਆਹ ਲੋ ਜੀ ਇੱਧਰਲੇ ਪਾਸੋਂ ਵੀ ਆਪਾਂ ਇਹਨੂੰ ਜੋੜ ਦੰਨੇ ਆ ਉੱਪਰਲੇ ਪਾਸੇ ਜਿਹੜੇ ਛੋਟੇ ਐਂਡ ਕੱਪ ਹੁੰਦੇ ਨੇ ਉਹ ਆਪਾਂ ਇਹਨਾਂ ਦੇ ਉੱਪਰ ਫਿੱਟ ਕਰ ਦਾਂਗੇ ਪਹਿਲਾਂ ਆਪਾਂ ਇਹਨਾਂ ਦੇ ਟਾਂਚੇ-ਸਾਂਚੇ ਇਸ ਤਰੀਕੇ ਦੇ ਇਹਦੇ ਤਿਆਰ ਕਰਨੇ ਨੇ ਉਹ ਆਪਸ ਦੇ ਵਿੱਚ ਜੋੜਨ ਵਾਲੇ ਕਰ ਲੈਣੇ ਆ ਆਹ ਲੋ ਜੀ ਇੱਧਰਲੇ ਪਾਸੋਂ ਆਪਣਾ ਇਹ ਤੇਸ ਤੋਂ ਬਾਅਦ ਉੱਪਰਲੇ ਪਾਸੇ ਇਹਨਾਂ ਦੇ ਆਪਾਂ ਛੋਟੇ-ਛੋਟੇ ਐਂਡ ਕੱਪ ਆਉਂਦੇ ਹੁੰਦੇ ਨੇ ਉਹ ਐਂਡ ਕੱਪ ਆਪਾਂ ਇਸ ਤਰੀਕੇ ਨਾਲ ਇਹਨਾਂ ਦੇ ਉੱਪਰਲੇ ਪਾਸੇ ਚੜਾ ਕੇ ਇਹਨਾਂ ਨੂੰ ਫਿੱਟ ਕਰ ਦਾਂਗੇ ਆਹ ਲੋ ਜੀ ਇੱਧਰਲੇ ਪਾਸੇ ਆਪਾਂ ਨੇ ਚੜਾ ਤੀ ਇੱਧਰੋਂ ਇੱਧਰਲੇ ਪਾਸੇ ਵੀ ਆਪਾਂ ਇਹਨਾਂ ਨੂੰ ਚੜਾ ਦੰਨੇ ਆ ਉੱਪਰਲੇ ਪਾਸੇ ਚੰਗੇ ਤਰੀਕੇ ਨਾਲ ਇਹਨੂੰ ਫਿੱਟ ਕਰ ਦੋ ਇਸ ਤਰੀਕੇ ਨਾਲ ਹੋ ਗਿਆ ਜੀ ਫਿੱਟ ਹੁਣ ਦੋ ਆਪਾਂ ਨੂੰ ਇਸ ਤਰੀਕੇ ਦੀਆਂ ਪੈਪਾਂ ਚਾਹੀਦੀਆਂ ਨੇ ਆਹ ਥੋੜੀ ਜਿਹੀ ਲੰਬੀਆਂ-ਲੰਬੀਆਂ ਪੈਪਾਂ ਚਾਹੀਦੀਆਂ ਨੇ ਇੱਧਰਲੇ ਪਾਸੇ ਨੂੰ ਆਪਾਂ ਫਿੱਟ ਕਰ ਲਾਂਗੇ ਇਸ ਤੋਂ ਬਾਅਦ ਆਪਾਂ ਇਹਨ ਹੁਣ ਇਹਨਾਂ ਦੇ ਮੋੜਨ ਦੀ ਵਾਰੀ ਆ ਗਈ ਫਾਈਨਲ ਜਿਹੜਾ ਕੰਮ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਵੀ ਆਪਾਂ ਹੁਣ ਜਿਗਾਰਡ ਤਿਆਰ ਕੀ ਕਰਨੇ ਇਹਨਾਂ ਨੂੰ ਆਪਾਂ ਮੋੜ ਲਾਂਗੇ ਜਿਹੜੇ ਤਰੀਕੇ ਨਾਲ ਆਪਾਂ ਨੇ ਮੋੜਿਆ ਐਸੇ ਤਰੀਕੇ ਨਾਲ ਇਹਨਾਂ ਨੂੰ ਦੱਬ ਦੱਬ ਕੇ ਚੰਗੇ ਤਰੀਕੇ ਨਾਲ ਮੋੜ ਲਓ ਹੁਣ ਇਹ ਤੋਂ ਕੰਮ ਲੈਣਾ ਜੀ ਆਪਾਂ ਨੇ ਜੋੜੇ ਜੁੱਤੀਆਂ ਦੇ ਚੱਪਲਾਂ ਰੱਖਣ ਵਾਲਾ ਆਪਾਂ ਇੱਕ ਬੜਾ ਜ਼ਬਰਦਸਤ ਜਿਗਾਰਡ ਤਿਆਰ ਕਰਾਂਗੇ ਅਜੀਹਾ ਜਿਗਾੜ ਮੈਂ ਕਹਿੰਨਾ ਵੀ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਹੀ ਦੇਖੋਗੇ ਕਿਉਂਕਿ ਪੈਪਾ ਆਪਣੇ ਘਰੇ ਵੈਸੇ ਬਾਦੂ ਪੰਨੀਆਂ ਹੁੰਦੀਆਂ ਨੇ ਆਹ ਦੇਖੋ ਜੀ ਇਸ ਤਰੀਕੇ ਦਾ ਢਾਂਚਾ ਸੈਂਚੇ ਤਿਆਰ ਹੋ ਗਿਆ ਗਰਮੀਆਂ ਦੇ ਵਿੱਚ ਜੇ ਹੀਟਾ ਬੂਟ ਚੱਪਲਾਂ ਰੱਖਦੇ ਆ ਕੁਛ ਨਾ ਕੁਛ ਵੱਟ ਜਾਂਦੇ ਉਹਨਾਂ ਦੇ ਵਿੱਚ ਤੇ ਗਰਮੀ ਦੇ ਸੀਜ਼ਨ ਚੱਪਲਾਂ ਉੱਪਰ ਹੀ ਰੱਖਣੇ ਚਾਹੀਦੇ ਨੇ ਆਪਣੇ ਕੋਲੇ ਫੱਟੇ ਪਈ ਸੀ ਐਕਸਟਰਾ ਤਾਂ ਨਾ ਆਪਾਂ ਇਹਦੇ ਉੱਪਰ ਫੱਟੇ ਰੱਖਤੇ ਇਸ ਤਰੀਕੇ ਨਾਲ ਇਸ ਤੋਂ ਬਾਅਦ ਚੱਪਲਾਂ ਜੋੜੇ ਬੂਟ ਜਿਹੜਾ ਕੁਝ ਵੀ ਆਪਾਂ ਨੇ ਰੱਖਣਾ ਹੇਠਲੇ ਪਾਸੇ ਰੱਖ ਦੋ ਹੋਰ ਉੱਪਰ ਰੱਖ ਦੋ ਜਿੱਥੇ ਮਰਜ਼ੀ ਰੱਖ ਦਿਓ ਦੇਖੋ ਕਿ